ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਅੱਜ ਵੀ 8 ਤੋਂ 11 ਯਾਨੀ 3 ਘੰਟੇ ਦੀ ਹੜਤਾਲ, ਕੱਲ੍ਹ ਵੀ ਹੜਤਾਲ ਜਾਰੀ ਰਹੇਗੀ। ਆਖਿਰ ਆਮ ਲੋਕਾਂ ਨੂੰ ਕਦੋਂ ਤੱਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਸਰਕਾਰ ਦੇ ਨਾਲ ਕੱਲ੍ਹ ਫਾਈਨਲ ਮੀਟਿੰਗ ਹੋਣੀ ਹੈ ਜਿਹੜੀਆਂ ਮੁੱਖ ਮੰਗਾਂ ਨੇ ਡਾਕਟਰਸ ਦੀਆਂ। ਤਾਂ ਅਸੀਂ ਇਸ ਵੇਲੇ ਮੋਹਾਲੀ ਦੇ 6 ਫੇਸ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹਾਂ ਕਿ ਉਹ ਡਾਕਟਰ ਜਿਹੜੇ ਅਕਸਰ ਇੱਥੇ ਮਰੀਜ਼ਾਂ ਦਾ ਚੈੱਕਅਪ ਕਰਦੇ ਨਜ਼ਰ ਆਉਂਦੇ ਨੇ, ਉਹਨਾਂ ਦੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਆਪਣੀਆਂ ਮੰਗਾਂ ਨੂੰ ਦਰਸਾਉਂਦੇ ਹੋਏ, ਪ੍ਰਦਰਸ਼ਨ ਕਰ ਰਹੇ ਨੇ। ਜਿਹੜੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਦੇ ਨਜ਼ਰ ਆਉਂਦੇ ਸੀ, ਅੱਜ ਆਪਣੀ ਸੁਰੱਖਿਆ ਨੂੰ ਲੈ ਕੇ ਦਾਅਵਾ ਕਰਦੇ ਨੇ ਕਿ ਉਹ ਹੜਤਾਲ 'ਤੇ ਨੇ, ਪ੍ਰਦਰਸ਼ਨ ਕਰ ਰਹੇ ਨੇ। ਤਾਂ ਆਖਿਰ ਮੁੱਖ ਤੌਰ 'ਤੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਦਾ ਦੌਰ ਚੱਲ ਰਿਹਾ, ਉਹਦੇ ਵਿੱਚ ਕੀ ਕੁਝ ਨਿਕਲ ਰਿਹਾ, ਆਖਿਰ ਕਦੋਂ ਸਰਕਾਰ ਦੇ ਨਾਲ ਸਹਿਮਤੀ ਬਣੇਗੀ। ਡਾਕਟਰ ਪੁਨੀਤ ਇੱਥੇ ਮੌਜੂਦ ਨੇ। ਡਾਕਟਰ ਪੁਨੀਤ, ਕੱਲ੍ਹ ਵੀ ਤੁਸੀਂ ਹੜਤਾਲ 'ਤੇ ਸੀ, ਅੱਜ ਵੀ ਹੜਤਾਲ 'ਤੇ ਹੋ, ਹਾਲਾਂਕਿ ਕੱਲ੍ਹ ਤਾਂ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ, ਕਾਫੀ ਲੋਕ ਖੱਜਲ ਹੋਏ, ਅੱਜ ਲੋਕਾਂ ਨੂੰ ਪਤਾ ਵੀ ਲੱਗ ਗਿਆ, ਪਰ ਮਰੀਜ਼ ਵੀ ਪਰੇਸ਼ਾਨ ਹੋ ਰਹੇ ਆ। ਸਰਕਾਰ ਦੇ ਨਾਲ ਕੋਈ ਗੱਲਬਾਤ ਤੁਹਾਡੀ ਹੋਈ? ਆਖਿਰ ਕਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ, ਕਿਉਂਕਿ ਸਰਕਾਰ ਤੱਕ ਆਵਾਜ਼ ਤਾਂ ਤੁਹਾਡੀ ਪਹੁੰਚ ਗਈ, ਪਰ ਹੁਣ ਲੋਕ ਪਰੇਸ਼ਾਨ ਹੋ ਰਹੇ ਨੇ? ਦੇਖੋ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਚੱਲ ਰਹੀ ਹੈ HM ਸਰ ਦੇ ਗਾਈਡਲਾਈਨਸ 'ਚ ਸਿਕਿਉਰਟੀ ਦੇ ਰਿਗਾਰਡਿੰਗ। ਬਾਕੀ ਜਿਹੜਾ 27 ਦਾ ਸਾਡਾ ਫਸਟ ਫੇਸ ਚੱਲ ਰਿਹਾ, ਜਿਵੇਂ ਗਵਰਨਮੈਂਟ ਤੇ ਪਹਿਲੇ ਤਾਂ ਸਾਡਾ ਸੀਗਾ ਵੀ ਕੰਪਲੀਟ ਸ਼ਟਡਾਊਨ ਕਰ ਦਿਆਂਗੇ, ਲੇਕਿਨ ਪਬਲਿਕ ਹੈਲਥ ਗਵਰਨਮੈਂਟ ਨੇ ਅਸੀਂ ਸਿਰਫ ਮਰੀਜ਼ਾਂ ਦੀ ਦੇਖਭਾਲ ਵਾਸਤੇ ਅਸੀਂ ਫਸਟ ਫੇਸ 8 ਤੋਂ 11 ਵਾਸਤੇ OPD ਬੰਦ ਕੀਤੀ ਹੈ। ਉਸ ਤੋਂ ਬਾਅਦ OPD ਦੇਖ ਰਹੇ ਹਾਂ, ਅਤੇ ਜਿੰਨੇ ਵੀ ਪੇਸ਼ੈਂਟ ਆਉਂਦੇ ਆ, ਭਾਵੇਂ 2 ਵਜੇ ਜਾਂ 3 ਵਜੇ ਨੂੰ ਪੇਸ਼ੈਂਟ ਦੇਖ ਕੇ ਜਾਵਾਂਗੇ। ਸਾਨੂੰ ਕੋਈ ਸ਼ੌਂਕ ਨਹੀਂ ਹੈ ਕਰਨ ਦਾ। ਦੇਖੋ ਤੁਸੀਂ ਕਿੰਨੇ, ਕੱਲ੍ਹ ਪਰਸੋਂ 'ਚ ਨਵਾਂ ਸ਼ਹਿਰ ਤਾਂ ਲੁਧਿਆਣਾ ਇਹ ਐਪੀਸੋਡ ਹੋਏ ਨੇ, ਜ਼ੀਰਕਪੁਰ ਹੋਇਆ ਲੇਡੀ ਡਾਕਟਰ ਨਾਲ। ਅਤੇ ਸਿਕਿਉਰਟੀ ਸਿਰਫ ਪਬਲਿਕ ਵਾਸਤੇ ਵੀ ਹੈ ਅਤੇ ਸਾਡੇ ਵਾਸਤੇ ਵੀ ਬੈਨੀਫਿਸ਼ੀਅਲ ਹੈ। ਜੇ ਵਰਕ ਐਟਮੋਸਫੇਅਰ ਜੇ ਚੰਗਾ ਹੋਏਗਾ ਤਾਂ ਹੀ ਆਪਾਂ ਕੰਮ ਕਰ ਸਕਾਂਗੇ। ਜੇ ਸੇਫਟੀ ਨਹੀਂ ਮਿਲੇਗੀ, ਕੋਈ ਵੀ ਡਾਕਟਰ ਮਰੀਜ਼ ਨੂੰ ਟ੍ਰੀਟ ਕਿਵੇਂ ਕਰੇਗਾ? ਉਹ ਤਾਂ ਪਹਿਲੇ ਡਰ ਲੱਗੇਗਾ ਮੈਨੂੰ ਅੱਗੇ ਕੁੱਟ ਨਾ ਦੇਣ। ਜੇ ਕੋਈ ਸੀਰੀਅਸ ਪੇਸ਼ੈਂਟ ਹੈ, ਕਿਉਂ ਸੀਰੀਅਸ ਪੇਸ਼ੈਂਟ ਰੈਫਰ ਹੁੰਦੇ ਨੇ? ਕਿਉਂਕਿ ਲੱਗਦਾ ਕਿ ਲੋਕ ਨਿਊਸੈਂਸ ਵੈਲਿਊ ਨਾਲ ਕ੍ਰੀਏਟ ਕਰਨ ਵੀ ਸਾਡੇ ਮਰੀਜ਼ ਦੀ ਡੈਥ ਹੋ ਗਈ, ਇੱਥੇ ਬੱਚਿਆਂ ਨਹੀਂ। ਡਾਕਟਰ ਜਿੰਨਾ ਡਾਕਟਰ ਦੇ ਕਿਸੇ ਨਾਲ ਦੁਸ਼ਮਣੀ ਨਹੀਂ ਹੁੰਦੀ, ਡਾਕਟਰ ਬਚਾਉਣ ਵਾਸਤੇ ਕੋਸ਼ਿਸ਼ ਕਰਦੇ ਹੈ। ਹੁਣ ਜੇ ਮਰੀਜ਼ ਹੀ ਸੀਰੀਅਸ ਨਹੀਂ ਬਚਾ ਸਕਦੇ, ਡਾਕਟਰ ਦਾ ਕੀ ਕਸੂਰ ਹੈ? ਲੇਕਿਨ ਕਈ ਵਾਰੀ ਜਿਹੜਾ ਮੋਬ ਹੈ ਵਾਇਲੈਂਟ ਹੋ ਜਾਂਦਾ, ਉਹ ਫਿਰ ਇਸੇ ਪਿੱਛੇ ਲੋਕ ਸੋਚਦੇ ਨੇ ਵੀ ਪੇਸ਼ੈਂਟ ਸੀਰੀਅਸ ਨੂੰ ਰੈਫਰ ਕਰ ਦਿਓ ਤਾਂ ਕਿ ਕੱਲ੍ਹ ਨੂੰ ਐਜੀ ਸਿਚੁਏਸ਼ਨ ਨਾ ਕ੍ਰੀਏਟ ਹੋਏ। ਇਹ ਉਹ ਡਾਕਟਰ ਨੇ ਜਿਹੜੇ ਮਰੀਜ਼ਾਂ ਦੀ ਜਾਨ ਬਚਾਉਂਦੇ ਨੇ, ਪਰ ਕਹਿੰਦੇ ਨੇ ਕਿ ਸਾਡੀ ਆਪਦੀ ਜਾਨ ਤੱਕ ਨੂੰ ਖਤਰਾ। ਕਈ ਘਟਨਾਵਾਂ ਐਸੀਆਂ ਵਾਪਰੀਆਂ ਨੇ ਕਲਕੱਤਾ ਦੀ ਘਟਨਾ ਤੋਂ ਬਾਅਦ, ਕਿਤੇ ਨਾ ਕਿਤੇ ਲੇਡੀ ਡਾਕਟਰ ਨੇ ਜਿਹੜੀਆਂ, ਮਹਿਲਾ ਡਾਕਟਰ ਨੇ, ਉਹਨਾਂ ਦੇ ਵਿੱਚ ਖੌਫ ਆ ਜਿਹੜਾ ਉਹ ਦੇਖਣ ਨੂੰ ਮਿਲਿਆ। ਤਾਂ ਅਸੀਂ ਦੇਖਿਆ ਜੀ, ਕੱਲ੍ਹ ਵੀ ਅਸੀਂ ਗੱਲਬਾਤ ਕਰ ਰਹੇ ਸੀ, ਕਿਸ ਤਰ੍ਹਾਂ ਦਾ ਪ੍ਰੈਸ਼ਰ, ਕਿਉਂਕਿ ਬੇਸ਼ੱਕ ਉਹ ਘਟਨਾ ਵਾਪਰੀ, ਪਰ ਉਸ ਤੋਂ ਬਾਅਦ ਸਰਕਾਰ ਨੇ ਕਾਫੀ ਦਾਅਵੇ ਕੀਤੇ ਕਿ ਸਿਕਿਉਰਿਟੀ ਨੂੰ ਲੈ ਕੇ ਅਰੇਂਜਮੈਂਟਸ ਨੇ, ਜਾਂ ਫਿਰ ਡਾਕਟਰ ਜ਼ਰੂਰ ਫਿਕਰ ਕਰਨ ਦੀ ਲੋੜ ਨਹੀਂ, ਤੁਹਾਡੀਆਂ ਮੰਗਾਂ 'ਤੇ ਚਰਚਾ ਵੀ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ। ਤਾਂ ਕਿਵੇਂ ਦੇਖਦੇ ਹੋ ਇਹ ਪ੍ਰਦਰਸ਼ਨ, ਫਿਰ ਆਖਿਰ ਕਦੋਂ ਤੱਕ ਚੱਲਦਾ ਰਹੇਗਾ? ਹਲੇ ਸਾਡੀ ਮੀਟਿੰਗਸ ਜਾਰੀ ਹੈਗੀਆਂ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਮੀਟਿੰਗ ਚੱਲ ਰਹੀ ਹੈ ਅੱਜ, ਅਤੇ ਅੱਜ 12:30 ਵਜੇ ਵੀ ਮੀਟਿੰਗ ਹੈਗੀ ਹੈ ਰਿਗਾਰਡਿੰਗ ਦ ਸਿਕਿਉਰਿਟੀ। ਫਸਟ ਐਂਡ ਫੋਰਮੋਸਟ ਚੀਜ਼ ਜਿਹੜੀ ਸਾਨੂੰ ਚਾਹੀਦੀ ਹੈ ਉਹ ਸਿਕਿਉਰਿਟੀ ਚਾਹੀਦੀ ਹੈ। ਹੁਣ ਵੀ CHC ਢਕੋਲੀ ਦੇ ਵਿੱਚ ਇੱਕ ਇੰਸੀਡੈਂਸ ਹੋਇਆ ਹੈਗਾ, ਫੀਮੇਲ ਡਾਕਟਰ 'ਤੇ ਅਟੈਕ ਕੀਤਾ ਗਿਆ ਹੈਗਾ, ਅਤੇ ਇਸ ਲਈ ਸਾਨੂੰ ਸਿਕਿਉਰਿਟੀ ਚਾਹੀਦੀ ਹੈ, ਅਤੇ ਸਾਨੂੰ ਔਨ ਪੇਪਰ ਸਿਕਿਉਰਿਟੀ ਚਾਹੀਦੀ ਹੈ, ਅਤੇ ਅੱਜ ਮੀਟਿੰਗ 12:30 ਹੈਗੀ ਹੈ। ਦੇਖੋ ਉਸ ਤੋਂ ਬਾਅਦ ਉਹਦਾ ਫਾਈਨਲ ਨਤੀਜਾ ਕੀ ਆਉਂਦਾ। ਤਾਂ ਫਿਲਹਾਲ ਅੱਜ ਮੀਟਿੰਗਾਂ ਦਾ ਦੌਰ ਜਾਰੀ ਹੈ, ਪਰ ਹਲੇ ਸਰਕਾਰ ਦੇ ਨਾਲ ਐਸੋਸੀਏਸ਼ਨ ਦੀ, ਡਾਕਟਰ ਐਸੋਸੀਏਸ਼ਨ ਦੀ ਮੀਟਿੰਗ ਹੈ ਜਿਹੜੀ, ਉਹ ਕੱਲ੍ਹ ਹੋਣੀ ਹੈ, ਤਾਂ ਯਾਨੀ ਕੱਲ੍ਹ ਤੀਜਾ ਦਿਨ। ਡਾਕਟਰ ਸਾਹਿਬ, ਕੱਲ੍ਹ ਤੀਜੇ ਦਿਨ ਵੀ ਇਹ ਤਾਂ ਤੈਅ ਹੈ ਕਿ ਹੜਤਾਲ ਤੁਹਾਡੀ ਰਹੇਗੀ, ਕਿਉਂਕਿ ਸਰਕਾਰ ਦੇ ਨਾਲ ਤੁਹਾਡੀ ਫਾਈਨਲ ਮੀਟਿੰਗ ਹੈ ਉਹ ਕੱਲ੍ਹ ਦੇ ਲਈ ਜਿਹੜੀ ਹੈਗੀ ਹੈ ਡੇਟ ਹੋਈ ਆ। ਤਾਂ ਅੱਜ ਬੇਸ਼ੱਕ ਮੀਟਿੰਗਾਂ ਦੌਰ ਜਾਰੀ ਹੈ, ਤਾਂ ਕਿਤੇ ਅੱਜ ਮਸਲਾ ਹੱਲ ਹੋਣ ਦੀ ਉਮੀਦ ਹੈ? ਨਹੀਂ, ਐਕਚੁਅਲੀ ਅਸੀਂ ਉਦੋਂ ਹੀ ਆਪਣੀ ਸਟ੍ਰਾਈਕ ਵਾਪਸ ਲਵਾਂਗੇ ਜੇ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ, ਅੱਧ ਬਚਾਦਾ ਅਸੀਂ ਨਹੀਂ ਛੱਡਣਾ ਹੈਗਾ। ਇਸ ਲਈ ਵੈਸੇ ਅਸੀਂ ਹੋਪਫੁਲ ਹਾਂ, ਸਰਕਾਰ ਦੇ ਪੋਜ਼ਿਟਿਵ ਕਦਮ ਲੈ ਰਹੀ ਹੈਗੀ ਹੈ, ਕੱਲ੍ਹ ਵੀ ਉਮੀਦ ਹੈ ਕੱਲ੍ਹ ਹੀ ਸੋਰਟ ਆਊਟ ਹੋ ਜਾਏ ਤਾਂ ਅਸੀਂ
ਸਾਨੂੰ ਵੀ ਅਸੀਂ ਚਾਹੁੰਦੇ ਨਹੀਂ ਮਰੀਜ਼ ਖੱਜਲ ਹੋਣ ਜਾਂ ਇਸ ਲਈ ਛੇਤੀ ਤੋਂ ਛੇਤੀ ਖਤਮ ਹੋਵੇ ਕੰਮ ਇਹ ਵਾਲਾ। ਥੈਂਕ ਯੂ ਵੈਰੀ ਮੱਚ। ਤਾਂ ਡਾਕਟਰਸ ਦਾ ਆਪਣਾ ਦਾਅਵਾ ਹੈ ਜੀ ਕਿ ਨਹੀਂ ਚਾਹੁੰਦੇ ਕਿ ਮਰੀਜ਼ ਖੱਜਲ ਹੋਣ, ਨਹੀਂ ਚਾਹੁੰਦੇ ਕਿ ਹੱਥਾਂ ਦੇ ਵਿੱਚ ਬੈਨਰ ਫੜ ਕੇ ਆਪਣੀ ਸੁਰੱਖਿਆ ਦੇ ਲਈ। ਸ਼ਾਇਦ ਅਸੀਂ ਦੇਖਦੇ ਹਾਂ ਕਿ ਕਈ ਵਾਰ ਐਸੀਆਂ ਘਟਨਾਵਾਂ ਵਾਪਰਦੀਆਂ ਨੇ, ਅਣਸਕਾਵੀ ਘਟਨਾਵਾਂ ਵਾਪਰਦੀਆਂ ਨੇ ਜਿਹਨੂੰ ਲੈ ਕੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ। ਹਾਲਾਂਕਿ ਡਾਕਟਰਸ ਸਾਫ਼ ਤੌਰ 'ਤੇ, ਕਿਉਂਕਿ ਆਮ ਲੋਕਾਂ ਦੀ ਵੀ ਕਿਤੇ ਨਾ ਕਿਤੇ ਸਿਸਟਮ ਦੀ ਜ਼ਿੰਮੇਵਾਰੀ ਹੈ ਜੀ ਕਿ ਆਮ ਲੋਕਾਂ ਨੂੰ ਵੀ ਸੁਰੱਖਿਆ ਦੇਣੀ, ਪਰ ਤੁਸੀਂ ਤਾਂ ਡਾਕਟਰ ਹੋ ਜਿਹੜੇ ਸਾਡੇ ਵਰਗਿਆਂ ਨੂੰ ਪ੍ਰੋਟੈਕਟ ਕਰਦੇ ਹੋ, ਸਾਡੇ ਵਰਗਿਆਂ ਦੀ ਜਾਨ ਬਚਾਉਂਦੇ ਹੋ, ਤਾਂ ਫਿਰ ਐਸੇ ਤੁਹਾਨੂੰ ਕਿਉਂ ਲੱਗਦਾ, ਐਸੇ ਕਿਉਂ ਹਾਲਾਤ ਬਣੇ ਕਿ ਤੁਹਾਨੂੰ ਆਪਣੀ ਸੁਰੱਖਿਆ ਦੇ ਲਈ ਆਹ ਬੈਨਰ ਫੜ ਕੇ ਹੱਥਾਂ ਦੇ ਵਿੱਚ ਹੜਤਾਲ ਕਰਨੀ ਪੈਗੀ? ਹਾਂਜੀ, ਕਿਉਂਕਿ ਹਮ ਲੋਕ ਆਪਣੀ ਤਰਫ ਸੇ ਸਾਰੇ ਡਾਕਟਰਸ ਪੂਰੀ ਕੋਸ਼ਿਸ਼ ਕਰਦੇ ਹੈ ਕਿ ਪੇਸ਼ੈਂਟ ਕੋ ਆਪਣਾ 100% ਦੇ, ਠੀਕ ਹੈ, ਪਰ ਕਈ ਪੇਸ਼ੈਂਟ ਕੋ ਐਸਾ ਲੱਗਤਾ ਹੈ ਕਿ ਨਹੀਂ, ਪਹਿਲੇ ਹਮੇ ਦਿਖਾਨਾ ਹੈ, ਯਾ ਹਮ ਲੋਗ ਕੋ ਸਹੀ ਨਹੀਂ ਕਰ ਰਹੇ, ਤੋ ਵੋ ਹਮ ਲੋਗੋ ਕੋ ਰੂਲ ਆਊਟ ਕਰਨੇ ਕੀ ਕੋਸ਼ਿਸ਼ ਕਰਤੇ ਕਿ ਨਹੀਂ, ਇਸ ਤਰੀਕੇ ਸੇ ਨਹੀਂ, ਹਮੇ ਕਰਨਾ ਹੈ, ਐਸੇ ਕਰਨਾ ਹੈ, ਤੋ ਇੱਕ ਤਰੀਕੇ ਸੇ ਇਨਡਾਇਰੈਕਟ ਵੇ ਮੇ ਵੋ ਹਮ ਲੋਗ ਕੋ ਧਮਕਾ ਹੀ ਰਹੇ, ਠੀਕ ਹੈ। ਤੋ ਹਮ ਲੋਗ ਯੇ ਚਾਹਤੇ ਹੈ ਕਿ ਯੇ ਸਾਰੀ ਚੀਜ਼ੇ ਨਾ ਹੋ, ਇੱਕ ਵੈਲ ਮੇਨਟੇਨ ਤਰੀਕੇ ਸੇ ਸਾਰੇ ਪੇਸ਼ੈਂਟਸ ਆਏ, ਯਹਾਂ ਪੇ ਸਾਰਾ ਕੁਛ ਹੋ, ਇੱਕ ਇੱਕ ਡਿਗਨਿਟੀ, ਇੱਕ ਸਾਰਾ ਰੈਪੂਟੇਸ਼ਨ ਔਰ ਪੇਸ਼ੈਂਟ ਔਰ ਡਾਕਟਰ ਰਿਲੇਸ਼ਨਸ਼ਿਪ ਜੋ ਹੋਤਾ ਹੈ ਵੋ ਸਾਰਾ ਮੇਨਟੇਨ ਰਹੇ, ਯੇ ਸਾਰੀ ਚੀਜ਼ੇ ਪੇਸ਼ੈਂਟਸ ਕੋ ਵੀ ਸਮਝਣੀ ਪੜੇਗੀ। ਤੋ ਇਸ ਇਨ ਸਭ ਚੀਜ਼ੋ ਕੋ ਮੇਨਟੇਨ ਕਰਨੇ ਕੇ ਲੀਏ ਆਗੇ ਯੇ ਸਾਰੇ ਮਾਹੌਲ ਪੈਦਾ ਨਾ ਹੋ, ਇਸਕੀ ਵਜ੍ਹਾ ਸੇ ਹਮ ਲੋਕ ਆਪਣੀ ਸਿਕਿਉਰਿਟੀ ਕੇ ਲੀਏ ਡਿਮਾਂਡ ਕਰ ਰਹੇ। ਤਾਂ ਆਪਣੀ ਸੁਰੱਖਿਆ ਨੂੰ ਲੈ ਕੇ ਇਹ ਡਾਕਟਰ ਹੜਤਾਲ 'ਤੇ ਨੇ, ਸਰਕਾਰ ਦੇ ਨਾਲ ਗੱਲਬਾਤ ਦਾ ਦੌਰ ਜਾਰੀ ਆ, ਪਰ ਦੇਖਦੇ ਹਾਂ ਕਿ ਗੱਲਬਾਤ ਦੇ ਵਿੱਚੋਂ ਕੀ ਨਿਕਲਦਾ ਹੈ, ਕੀ ਵਿੱਚ ਦਾ ਰਸਤਾ ਨਿਕਲਦਾ ਹੈ, ਕਿਉਂਕਿ ਅੱਜ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ। ਫਿਲਹਾਲ ਹੈਲਥ ਮਿਨਿਸਟਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਔਰ ਸਿਵਲ ਸਰਜਨ ਦੇ ਨਾਲ ਮੀਟਿੰਗ ਕੀਤੀ ਹੈ, ਉਸ ਤੋਂ ਬਾਅਦ ਡਿਪਟੀ ਕਮਿਸ਼ਨਰ, SSP, ਸਿਵਲ ਸਰਜਨ, ਉਹਨਾਂ ਦੀ ਮੀਟਿੰਗ ਹੈ, ਔਰ ਆਖਿਰ ਕੱਲ੍ਹ ਦੇ ਲਈ ਮੀਟਿੰਗ ਤੈਅ ਹੋਈ ਹੈ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਰਾਂ ਦੀ ਡਾਕਟਰ ਐਸੋਸੀਏਸ਼ਨ ਦੇ ਨਾਲ ਫਾਈਨਲ ਮੀਟਿੰਗ ਹੋਵੇਗੀ, ਜਿਸ ਦੇ ਵਿੱਚ ਆਖਰੀ ਫੈਸਲਾ ਲਿਆ ਜਾਵੇਗਾ ਇਹਨਾਂ ਡਾਕਟਰਸ ਦੀਆਂ ਮੰਗਾਂ ਨੂੰ ਲੈ ਕੇ। ਕੈਮਰਾਮੈਨ ਜਤਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਮੋਹਾਲੀ।